ਸਤਿ ਸ਼੍ਰੀ ਅਕਾਲ, ਮੈਂ ਹਾਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਸ਼ੁਰੂ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ। ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੀਤੀ $20 ਫੀਸ ਮਾਫ ਕਰਨ ਦੀ ਮੰਗ। ਕਰਤਾਰਪੁਰ ਲਾਂਘੇ ਬਾਰੇ ਅਮਿਤ ਸ਼ਾਹ ਨਾਲ ਵੀ ਕੀਤੀ ਗੱਲਬਾਤ। ਨਗਰ ਕੀਰਤਨ ਨਾਲ ਪਾਕਿਸਤਾਨ ਜਾ ਰਹੇ ਦਲ ਖਾਲਸਾ ਦੇ ਮੈਂਬਰ ਦਾ ਪਾਸਪੋਰਟ ਜ਼ਬਤ, ਨਹੀਂ ਦੱਸਿਆ ਕੋਈ ਕਾਰਨ। ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਸੈਲਾਨੀਆਂ ਦੀ ਸੁਰੱਖਿਆ ਲਈ ਵੱਡਾ ਉਪਰਾਲਾ, ਟੂਰਿਸਟ ਪੁਲਿਸ ਦਾ ਕੀਤਾ ਗਠਨ। ਹੁਣ ਖਬਰਾਂ ਵਿਸਥਾਰ ਨਾਲ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਸ਼ੁਰੂ ਹੋ ਗਏ ਨੇ। ਅੰਮ੍ਰਿਤ ਵੇਲੇ ਤੋਂ ਹੀ ਸੰਗਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਦੇਖੋ ਇਸ ਬਾਰੇ ਸਾਡੇ ਪੱਤਰਕਾਰ ਦੀ ਖਾਸ ਰਿਪੋਰਟ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਇਸ ਸਾਲ ਦਾ ਸਭ ਤੋਂ ਵੱਡਾ ਸਮਾਗਮ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ, ਜੋ ਕਿ ਇਸ ਸਾਲ ਅਰਧ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ, ਜੋ ਕਿ ਅੱਜ ਯਾਨੀ ਕਿ 1 ਨਵੰਬਰ ਤੋਂ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋ ਚੁੱਕਿਆ। ਇਸ ਵੇਲੇ ਅਤੇ ਇਸੇ ਦੌਰਾਨ ਜੋ ਕਿ 1 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਬਾਬੇ ਨਾਨਕ ਦੀ ਇਸ ਧਰਤੀ 'ਤੇ ਸਮਾਗਮ ਕਰਵਾਏ ਜਾਣਗੇ। ਇਸੇ ਦੌਰਾਨ ਦੈਨਿਕ ਸਵੇਰਾ ਇਸ ਗੁਰਪੁਰਬ ਨਾਲ ਸੰਬੰਧਿਤ ਹਰ ਜਾਣਕਾਰੀ, ਹਰ ਅਪਡੇਟ, ਹਰ ਇੱਕ ਰੰਗ ਤੁਹਾਨੂੰ ਲਾਈਵ ਵਿਖਾਵੇਗਾ। ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ, ਜਿੱਥੇ ਕਿ ਅੱਜ ਅੰਮ੍ਰਿਤ ਵੇਲੇ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ 12 ਨਵੰਬਰ ਤੱਕ ਇਹ ਸਮਾਗਮ ਜਿਹੜੇ ਲਗਾਤਾਰ ਚੱਲਦੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਇਸ ਧਰਤੀ 'ਤੇ ਬਾਕੀ ਹੋਰ ਗੁਰੂ ਘਰਾਂ ਦੇ ਵਿੱਚ ਵੀ ਧਾਰਮਿਕ ਸਮਾਗਮਾਂ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਹੈ। ਹਾਲਾਂਕਿ ਰੋਜ਼ਾਨਾ ਇੱਥੇ ਧਾਰਮਿਕ ਸਮਾਗਮ ਚੱਲਦੇ ਨੇ, ਲੇਕਿਨ 550ਵੇਂ ਗੁਰਪੁਰਬ ਨੂੰ ਸੰਬੰਧਿਤ ਇੱਥੇ ਸਮਾਗਮਾਂ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ। ਅੰਮ੍ਰਿਤ ਵੇਲੇ ਆਸਾ ਦੇ ਵਾਰ ਦੇ ਨਾਲ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ, ਜਿਸ ਨੂੰ ਰੰਗ ਬਿਰੰਗੀਆਂ ਲੜੀਆਂ ਦੇ ਨਾਲ ਸਜਾਇਆ ਗਿਆ। ਇਹ ਖੂਬਸੂਰਤ ਨਜ਼ਾਰਾ ਗੁਰਦੁਆਰਾ ਸ਼੍ਰੀ ਬੇਰ ਸਾਹਿਬ 'ਤੇ ਬਣਿਆ ਹੋਇਆ, ਜਿਸ ਦੇ ਤੁਸੀਂ ਇਸ ਵੇਲੇ ਦੈਨਿਕ ਸਵੇਰਾ 'ਤੇ ਦਰਸ਼ਨ ਕਰ ਰਹੇ ਹੋ। ਤੁਹਾਨੂੰ ਦੱਸ ਦਈਏ ਕਿ ਦੈਨਿਕ ਸਵੇਰਾ ਲਗਾਤਾਰ ਇਹਨਾਂ ਸਮਾਗਮਾਂ ਦੀ ਅਪਡੇਟ, ਜਾਣਕਾਰੀ ਅਤੇ ਹਰ ਇੱਕ ਰੰਗ ਤੁਹਾਡੇ ਤੱਕ ਲਾਈਵ ਪਹੁੰਚਾਏਗਾ, ਜਿੱਥੇ ਤੁਸੀਂ ਗੁਰਪੁਰਬ ਨਾਲ ਸੰਬੰਧਿਤ ਸਮਾਗਮਾਂ ਦੀ ਜਿਹੜੀ ਹੈ ਉਹ ਜਾਣਕਾਰੀ ਦੈਨਿਕ ਸਵੇਰਾ 'ਤੇ ਲੈ ਪਾਓਗੇ। ਅਤੇ ਉਸ ਤੋਂ ਇਲਾਵਾ ਇਹਦੇ ਨਾਲ ਸੰਬੰਧਿਤ ਹੋਰ ਜੋ ਕਿ ਗੁਰੂ ਘਰ ਦੇ ਅੰਦਰ ਜਿਹੜੇ ਆ ਨਤਮਸਤਕ ਹੋਣ ਵਾਲੇ, ਚਾਹੇ ਮਹਾਰਾਜ ਜੀ ਦੇ ਸਰੂਪ ਨੇ, ਕੀਰਤਨ ਸਰਵਣ ਜਿਹੜਾ ਉਹ ਵੀ ਤੁਸੀਂ ਲਾਈਵ ਦੈਨਿਕ ਸਵੇਰਾ 'ਤੇ ਲਗਾਤਾਰ ਕਰ ਪਾਓਗੇ। ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ 'ਤੇ ਜਾਣ ਲੱਗੇ ਤਾਂ ਇਲਾਕੇ ਦੀ ਸੰਗਤ ਦੀ ਬੇਨਤੀ 'ਤੇ ਮਹਾਰਾਜ ਨੇ ਇਸ ਅਸਥਾਨ 'ਤੇ ਆਪਣੇ ਹੱਥੀਂ ਬੇਰੀ ਦਾ ਬੂਟਾ ਲਗਾਇਆ ਸੀ, ਜੋ ਕਿ ਅੱਜ ਪਵਿੱਤਰ ਬੇਰੀ ਇਸ ਅਸਥਾਨ 'ਤੇ ਮੌਜੂਦ ਹੈ। ਸੰਗਤ ਆਉਂਦੀ ਹੈ ਅਤੇ ਦਰਸ਼ਨ ਕਰਦੀ ਹੈ। ਤੁਹਾਨੂੰ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ 'ਤੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 1 ਨਵੰਬਰ ਤੋਂ 12 ਨਵੰਬਰ ਤੱਕ ਇੱਥੇ ਲਗਾਤਾਰ ਸਮਾਗਮ ਕਰਵਾਏ ਜਾਣਗੇ। 13 ਤਰੀਕ ਨੂੰ ਸਮਾਪਤੀ ਹੋ ਜਾਵੇਗੀ ਅਤੇ ਇਸੇ ਦੌਰਾਨ ਦੈਨਿਕ ਸਵੇਰਾ ਤੁਹਾਨੂੰ ਹਰ ਅਪਡੇਟ ਲਾਈਵ ਦਿੰਦਾ ਰਹੇਗਾ। ਤੁਸੀਂ ਗੁਰਬਾਣੀ ਕੀਰਤਨ ਦਾ ਸਰਵਣ ਵੀ ਲਾਈਵ ਰਹਿ ਕੇ ਕਰ ਸਕੋਗੇ। ਕੈਮਰਾਮੈਨ ਪਵਨ ਦੇ ਨਾਲ ਸੁਰੁਚੀ, ਸੁਲਤਾਨਪੁਰ ਲੋਧੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ ਲਗਾਈ $20 ਦੀ ਫੀਸ ਮਾਫ਼ ਕੀਤੀ ਜਾਵੇ। ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ। ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ ਵਾਲੇ ਪਾਸੇ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਸਮਾਗਮ ਰੱਖਿਆ ਗਿਆ, ਜਿਸ 'ਚ ਪ੍ਰਧਾਨ ਮੰਤਰੀ ਸਮੇਤ ਕਈ ਉੱਚ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਨੂੰ ਲੈ ਕੇ ਅੱਜ ਸੁਖਬੀਰ ਬਾਦਲ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਅਤੇ ਨਾਲ ਹੀ ਸੁਖਬੀਰ ਬਾਦਲ ਨੇ $20 ਫੀਸ ਨੂੰ ਲੈ ਕੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਅਪੀਲ ਕੀਤੀ ਹੈ। ਉਸਕੀ ਓਪਨਿੰਗ ਔਰ ਉਸ ਦਿਨ ਪਹਿਲਾਂ ਜਫਾ ਜਾਏਗਾ, ਉਸਕੇ ਸੰਬੰਧ ਮੇਂ ਹੋਮ ਮਿਨਿਸਟਰ ਸਾਹਿਬ ਨੇ ਬੁਲਾਇਆ ਥਾ ਕਿ ਅਰੇਂਜਮੈਂਟਸ ਜਾਂ ਸਾਰੀ ਜੋ ਸਿਸਟਮਸ ਕੋ ਸਾਰਾ ਕੁਛ ਹੋਗਾ ਵਹਾਂ,
उस संबंध में हमारी मीटिंग हुई थी। सो सारा मोर और लेस एवरीथिंग इज फाइनलाइज एंड 9 तारीख को सुबह प्रधानमंत्री साहब आएंगे, पहले पेठ साहब गुरुद्वारा साहब सुल्तानपुर लोधी मत्था टेकेंगे, उसके बाद वहाँ जहाँ मेन फंक्शन है BSF का जो कॉम्प्लेक्स है वहाँ करतारपुर साहब अपने डेरा बाबा नानक में वहाँ फंक्शन होगा, उसके बाद वो ICP जाएंगे जहाँ पहला जत्थे को रवाना करेंगे। $20 फीस रखी गई है, जो रजिस्ट्रेशन शुरू हो रही है उत्थे श्रद्धालुओं नू पता नहीं लग रहा ये फीस कितने देनी है, तो इस बारे गलबात सही लग रही है मैं कहना खड़ा। पहली गल तो फीस बहुत ज़्यादा अभी लगातार प्रोटेस्ट कर रहे हैं, मैं तो बेनती करता पाकिस्तान के प्रधानमंत्री कि इनू एक इनकम सोर्स ना बनाउन, आ एक तीर्थ यात्रा है, इनू तीर्थ समझ के एक गुडविल, जे तुसी हर चीज़ ही बिजनेस सोचोगे कि इतने इन्ने आने इन्ने बंदे आने सू 200 करोड़ रुपये इकट्ठा होगा, ये कोई गुडविल नहीं होंगी। दस दई कि 9 नवंबर को करतारपुर कोरीडोर का प्रधानमंत्री नरेंद्र मोदी वालों उद्घाटन किया जाएगा। दिल्ली तो नितिन तिमान की रिपोर्ट, दैनिक सवेरा TV। नगर कीर्तन नाल पाकिस्तान जा रहे दल खालसा दे मेंबर हरदीप सिंह दा पासपोर्ट जब्त कर लिया गया। हरदीप दा कहना है कि एक पासे सरकार वालों कहा जा रहा है कि काली सूची खत्म कर दिती गई है, पर फिर भी बिना कोई कारण दस्या उस दा पासपोर्ट जब्त कर लिया गया। दिल्ली तो श्री ननकाणा साहिब पाकिस्तान नू जड़ा नगर कीर्तन सजाया गया सीगा परमजीत सिंह सरना दे प्रबंधा अधीन, परमजीत सिंह सरना जिथे अटारी बॉर्डर से रोकया गया उत्थे एक होर बाबा हरदीप सिंह दल खालसा दे मैंबर ने उन्होंने भी रोकया गया और उन्होंने पासपोर्ट भी जब्त किया गया। बाबा जी दसो की कारण मानते हो इस चीज़ का? कारण का तो मैंने कोई दसिया ही नहीं उन्होंने, जो लास्ट जाके जितों आपां अपने देश छड़ के दूजे से जाना हुंदा उन्हां काउंटर के उत्ते जाके जो उन्होंने मेरा पासपोर्ट कंप्यूटर च पाया तो मैंने कहते जी उत्तों आर्डर आ गया भी थोड़ा पासपोर्ट जो जब्त किया जाए तो थोड़ा वापस किया जाए, कोई कारण नहीं दसिया मैनू। उन्हें फिर एक चिट्ठी दी है जिदे उत्ते उन्होंने मोहर भी लगी है, कहें भी तुम 5 दिन बाद असी थोड़ा पासपोर्ट भेज देने लगे हैं चंडीगढ़ ऑफिस च पासपोर्ट ऑफिस के विच्चे, तुम 5 दिन बाद जाके उत्थों पता कर लियो वो तुम्हें कारण दसणगे की आ, हुण पता नहीं अजे कारण दा। बाबा जी ये दसो कभी पहले भी पाकिस्तान जाना होया या होर भी कितने गए हो? बाहर मैं कितने नहीं गया जी, मैं तो पहली बार चलिया सी। ते तुसी की समझदे हो जिहड़ा तुहानूं रोकिया गया वा भावनावां जिहड़ियां आहत होईयां? बिल्कुल जी, कोई भी बंदा घरों तैयार हो के जाता कितने भी जाता तो उन्होंने बिल्कुल मौके पर जाके उतों जाके कहा जाए भी तू तो वापस चल जा, तू अगे नहीं जा सकता तो देख लो वे की बेदी होगी। तो असी तो गुरु नानक पातशाही के 550 साल दर्शन करने वास्ते उन्होंने जन्म स्थान पर जिते साडा जन्म होया कौम का उत्थे असी तो चले सी, तो बहुत ज़्यादा साढ़े मन में ठेस पहुँची आ कि जिम्मेवार ने सरकार जिम्मेवार ने जोड़ा कुछ कर रही ने, पंजाब की सरकार भी आ सेंटर की सरकार भी आ, ये सारा कुछ जान बुझ के करवाया जा रहा, क्योंकि एक बने तो ये कहेंदे भी असी काली सूची खत्म कर दिती आ, तो दूजे पासे मैं ऐ लगता भी अंदर अंदर जो इस देश के विच रह रहे हैं ना असी इन्हों की इन्होंने कोई सूची बनाई है भी जिन्होंने मर्जी आ कितने जान देना जान दी है, जिन्होंने मर्जी है वो काली सूची आपदी च पा के रखते हैं, तो सानू ऐ लगता भी असी आम विचरते हैं हर थान पर असी जाके काम करते हैं, जे कि पंजाबी माँ बोली की गल आ असी उत्थे भी जाने, जे कि हस्पतालों से लुट सुट होंगी ज कि भी होंगी पानिया का मसला हों सारी थाई जाके संघर्ष करते हैं, तो सानू ए लगता भी ये चीज़ा भी इन्हों रड़कदियाँ ने बोलने वाले बंदे जे हमेशा ही सरकारों रड़कते होंगे आ, बाकी साड़ी दल खालसा जी जथेबंदी आ ये वैसे ही सरकारों रड़कती आ ये क्यों गांह वध रहे ने क्यों काम कर रहे हैं कि असी आजादी की लड़ाई लड़ रहे हैं। बाबा जी IB इंटैलीजेंस होर भी लोकल पुलिस वालों भी क्लीयरेंस देने के बावजूद इमीग्रेशन वालों रोक दिता गया, की कहना चाहते? भाई ये हूँ असल यही दस सकते हैं भी जे तो इन्होंने कोई इनकुआरी वगैरह करी आ दसन भी थोड़े च फाल्ट की आया तां दस्या जावे, तो सानू तो अजे तक हुण भी इन्होंने उत्थे भी कुछ नहीं दस्या, सानू तो इन्ना आख्या भी तुहाडा पासपोर्ट जब्त करन दे आर्डर आ, सानू मैसेज आया कि तुहाडा पासपोर्ट जब्त किया जाता तो थोड़ा असं एक चिट्ठी दें ये तुम लैके वग जाओ तुम वापस जाओ। अच्छा जो जाना सीगा उदो मन में कितना चाह सीगा और जो उत्थे रोक दिता गया उस तो बाद कितना मन आहत होया? नहीं देखो मन दे विच तां चाह बहुत सी भी इन्ने चिर दे असी विछड़े सी क्योंकि पंजाब वंडिया गया सी, होर तां देश दा कुछ वंडिया ही नहीं सी गया, ना इंडिया दा कुछ वंडिया गया सी ना ही पाकिस्तान दा कुछ वंडिया गया सी, जे वंडिया गया सी ते कल्ला पंजाब वंडिया गया सी, मन च चाह सी कि चलो आपां पुराना पंजाब भी देख के आवांगे, गुरु नानक पातशाह दा जन्म स्थान वह भी होर भी नाल करतारपुर साहब दा जिहड़ा हुण लांघा शुरू कर रहे ने, एक बने तो देखो लांघा शुरू कर रहे हैं भी दो देशों के विच जिहड़ा उत्थे समझौता करके भी 5000 बंदा रोज़ जाया करूगा,
ਤੇ ਦੂਸਰੇ ਪਾਸੇ ਸਾਡੇ ਵਰਗੇ ਬੰਦਿਆਂ ਨੂੰ ਜਾਣ ਤੋਂ, ਜਿਨ੍ਹਾਂ ਨੂੰ ਸਰਕਾਰ ਉੱਧਰਲੀ ਨੇ ਵੀਜ਼ਾ ਵੀ ਦਿੱਤਾ ਆ, ਇਹਨਾਂ ਨੇ ਇਨਕੁਆਇਰੀਆਂ ਕੀਤੀਆਂ ਵਗੈਰਾ, ਅਤੇ ਸਾਨੂੰ ਉੱਥੋਂ ਜਾ ਕੇ ਮੌਕੇ ਤੋਂ ਰੋਕ ਦਿੱਤਾ। ਇਹ ਸਾਨੂੰ ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ। ਅਤੇ ਇਹ ਸਨ ਬਾਬਾ ਹਰਦੀਪ ਸਿੰਘ ਜੀ, ਦਲ ਖਾਲਸਾ ਦੇ ਮੈਂਬਰ ਨੇ, ਜਿਨ੍ਹਾਂ ਨੂੰ ਉੱਥੇ ਅਟਾਰੀ ਸਰਹੱਦ 'ਤੇ ਇਮੀਗ੍ਰੇਸ਼ਨ ਵੱਲੋਂ ਰੋਕ ਦਿੱਤਾ ਗਿਆ ਅਤੇ ਇਹਨਾਂ ਦਾ ਪਾਸਪੋਰਟ ਵੀ ਜ਼ਬਤ ਕੀਤਾ ਗਿਆ। ਕਿਤੇ ਨਾ ਕਿਤੇ ਭਾਵਨਾਵਾਂ ਜਿਹੜੀਆਂ ਇਹਨਾਂ ਦੀਆਂ ਆਹਤ ਹੋਈਆਂ ਨੇ, ਕਿਉਂਕਿ ਮਨ ਵਿੱਚ ਇੱਕ ਚਾਅ ਸੀਗਾ ਨਨਕਾਣਾ ਸਾਹਿਬ ਜਾਣ ਦਾ, ਪਰ ਉਹ ਚਾਅ ਇਹਨਾਂ ਦਾ ਧਰਿਆ ਦਾ ਧਰਿਆ ਰਹਿ ਗਿਆ। ਕੈਮਰਾ ਪਰਸਨ ਮੁਕੇਸ਼ ਬਾਵਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਸੈਲਾਨੀਆਂ ਦੀ ਸੁਰੱਖਿਆ ਲਈ ਟੂਰਿਸਟ ਪੁਲਿਸ ਦਾ ਗਠਨ ਕੀਤਾ ਹੈ। ਹੁਣ ਟੂਰਿਸਟ ਪੁਲਿਸ ਸੈਲਾਨੀਆਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖੇਗੀ ਅਤੇ ਕਿਸੇ ਵੀ ਕਿਸਮ ਦੀ ਘਟਨਾ ਤੋਂ ਤੁਰੰਤ ਬਾਅਦ ਰਿਪੋਰਟ ਦਰਜ ਕੀਤੀ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਤੋਂ ਇਲਾਵਾ ਪੂਰੇ ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਨੇ, ਜਿਨ੍ਹਾਂ ਦੀ ਸੇਫਟੀ ਅਤੇ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਟੂਰਿਸਟ ਪੁਲਿਸ ਬਣਾਈ ਗਈ ਹੈ। ਇਹ ਪੁਲਿਸ 24 ਘੰਟੇ 3 ਸ਼ਿਫਟਾਂ ਵਿੱਚ ਆਪਣੀ ਡਿਊਟੀ 'ਤੇ ਹਾਜ਼ਰ ਰਹੇਗੀ ਅਤੇ ਜੇਕਰ ਕਿਸੇ ਟੂਰਿਸਟ ਨਾਲ ਕਿਸੇ ਕਿਸਮ ਦੀ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਇਹਨਾਂ ਕਰਮਚਾਰੀਆਂ ਵੱਲੋਂ ਉਸੇ ਵੇਲੇ ਸ਼ਿਕਾਇਤ ਦਰਜ ਕੀਤੀ ਜਾਵੇਗੀ। ਅੱਜ ਅਸੀਂ ਟੂਰਿਸਟ ਪੁਲਿਸ ਦਾ ਇੱਕ ਇਨੋਗਰੇਸ਼ਨ ਕੀਤੀ ਹੈ, ਜਿਹਦੇ ਵਿੱਚ ਐਜ਼ ਅ ਪਾਇਲਟ ਪ੍ਰੋਜੈਕਟ ਅਸੀਂ ਗੋਲਡਨ ਟੈਂਪਲ ਤੋਂ ਸਟਾਰਟ ਕੀਤਾ ਵਾ। ਸੋ ਇਹਦਾ ਜਿਹੜਾ ਮੇਨ ਕੰਮ ਇਹ ਹੈ ਕਿ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਬਾਹਰੋਂ, ਉਹਨਾਂ ਨੂੰ ਫੈਸਿਲੀਟੇਟ ਕਰਨਾ, ਜਿਵੇਂ ਕਿ ਤਰ੍ਹਾਂ ਤਰ੍ਹਾਂ ਦੀਆਂ ਕੋਈ ਕ੍ਰਾਈਮ ਐਕਟੀਵਿਟੀਜ਼ ਵੀ ਹੁੰਦੀਆਂ ਉਹਨਾਂ ਦੇ ਨਾਲ, ਪਲੱਸ ਉਹਨਾਂ ਨੂੰ ਬਹੁਤ ਸਾਰੀਆਂ ਡੇ ਟੂ ਡੇ ਬੇਸਿਸ 'ਤੇ ਪ੍ਰੋਬਲਮਸ ਆਉਂਦੀਆਂ, ਜਿਸ ਤਰ੍ਹਾਂ ਕਿਸੇ ਦਾ ਕੋਈ ਚੀਜ਼ ਗੁਆਚ ਗਈ, ਕੋਈ ਮੋਬਾਈਲ ਗੁਆਚ ਗਿਆ, ਕੋਈ ਪਰਸ ਗੁਆਚ ਗਿਆ। ਈਵਨ ਉਹਨਾਂ ਨੂੰ ਗਾਈਡ ਕਰਨ ਵਾਸਤੇ ਵੀ ਟੂਰਿਸਟ ਪੁਲਿਸ ਜਿਹੜੀ ਕੰਮ ਕਰੂਗੀ। ਟੂਰਿਸਟ ਪੁਲਿਸ ਇੱਕ ਤਰ੍ਹਾਂ ਦਾ ਇੱਕ ਲਿੰਕ ਦੇ ਤੌਰ 'ਤੇ ਕੰਮ ਕਰੂਗੀ ਬਿਟਵੀਨ ਦੀ ਪੁਲਿਸ ਐਂਡ ਦੀ ਟੂਰਿਸਟਸ, ਬਿਟਵੀਨ ਦੀ ਟੂਰਿਸਟਸ ਐਂਡ ਦੀ ਐਡਮਿਨਿਸਟ੍ਰੇਸ਼ਨ। ਈਵਨ ਜੇ ਉਹਨਾਂ ਨੂੰ ਹੋਰ ਕੋਈ ਕੰਮ ਵੀ ਹੋਏਗਾ ਕਿਸੇ ਹੋਰ ਡਿਪਾਰਟਮੈਂਟ ਦੇ ਨਾਲ, ਉਹ ਵੀ ਫੈਸਿਲੀਟੇਟ ਕਰੇਗੀ ਜਿਹੜੀ ਟੂਰਿਸਟ। ਪੁਲਿਸ ਨੇ ਦੱਸਿਆ ਕਿ ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਹੋਰ ਸਥਾਨਾਂ 'ਤੇ ਵੀ ਸਥਾਪਿਤ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਸਿਕੰਦਰ ਪਰਸੀਚਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਕਾਤਲਾਂ ਖਿਲਾਫ਼ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾ ਦਿੱਤੀ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪਰਿਵਾਰਕ ਮੈਂਬਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ ਅਤੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ 'ਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਅੱਜ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਦਿੱਤਾ ਗਿਆ। ਪਰਿਵਾਰ ਦਾ ਆਰੋਪ ਹੈ ਕਿ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਤੇ ਜਿਸ ਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਦੱਸਦੇ ਕਿ ਹੁਸ਼ਿਆਰਪੁਰ ਦੇ ਪਿੰਡ ਮੈਲੀ 'ਚ 19 ਦਿਨ ਪਹਿਲਾਂ ਇੱਕ ਨੌਜਵਾਨ ਦੀ ਲਾਸ਼ ਪਿੰਡ ਦੇ ਬਾਰ ਬਾਰ ਮਿਲੀ ਸੀ, ਜਿਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਪਿੰਡ ਦੇ ਹੀ ਨੌਜਵਾਨ ਨੇ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਦਿੱਤੀ ਸੀ। ਉਸ ਵੇਲੇ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ, ਪਰ ਹਾਲੇ ਤੱਕ ਪੁਲਿਸ ਨੇ ਇਸ ਕੇਸ 'ਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਹੈ, ਜਿਸ ਦੇ ਖਿਲਾਫ਼ ਅੱਜ ਪਰਿਵਾਰ ਵੱਲੋਂ ਹੁਸ਼ਿਆਰਪੁਰ 'ਚ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਦਿੱਤਾ ਗਿਆ। ਹਾਂਜੀ ਬਜ਼ੁਰਗੋ, ਕੀ ਕਾਰਨ ਹੈ ਜਿਹੜਾ ਤੁਸੀਂ ਧਰਨਾ ਦਿੱਤਾ? ਕਾਰਨ ਇਹ ਤਾਂ ਜੀ, ਮੇਰਾ ਪਿੰਡ ਮੈਲੀ ਹੈ ਜੀ, ਮੇਰੇ ਬੱਚੇ ਦਾ ਕਤਲ ਹੋਇਆ ਜੀ। ਕਾਤਲ ਵੀ ਪਿੰਡ ਦੀਆਂ ਨੇ ਕੀਤਾ, ਔਰ ਇੱਕ ਬੰਦਾ ਬਾਹਰਲੇ ਪਿੰਡ ਤੋਂ ਲੈ ਕੇ ਆਏ, ਉਹ ਇਹਨਾਂ ਨੇ ਰਲ ਕੇ ਮੇਰੇ ਬੱਚੇ ਦਾ ਕਤਲ ਕੀਤਾ। ਇਹਦਾ ਸਾਨੂੰ ਨਹੀਂ ਪਤਾ ਵੀ ਇਹਦਾ ਕਾਰਨ, ਇਹਦਾ ਕੋਈ ਨਾ ਕੋਈ ਕਾਰਨ ਤਾਂ ਸਾਨੂੰ ਕਮ ਸੇ ਕਮ ਦੱਸਦੇ ਵੀ ਤੁਹਾਡੇ ਬੱਚੇ ਨੇ ਗਾਲਾਂ ਕੱਢੀਆਂ ਜਾਂ ਸਾਨੂੰ ਕੁਛ ਵੀ ਕਿਹਾ, ਤਾਂ ਉਹਦਾ ਅਸੀਂ ਉਹਦੇ ਬਾਰੇ ਸੋਚ ਵਿਚਾਰ ਕਰਦੇ। ਅਸੀਂ ਪਿੰਡ ਦੀ ਪੰਚਾਇਤ ਨੂੰ ਵੀ ਦੱਸਿਆ ਜੀ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਚੱਬੇਵਾਲ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਰੋਪੜ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਨਾਜਾਇਜ਼ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਈਨਿੰਗ ਕਰਨ ਵਾਲਿਆਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਇਸ ਸੰਬੰਧੀ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਰੋਪੜ ਦੇ ਪਿੰਡ ਗੜਬਾਗਾ 'ਚ 4 ਦਿਨ ਪਹਿਲਾਂ ਨਾਜਾਇਜ਼ ਮਾਈਨਿੰਗ ਕਰਨ ਤੋਂ ਰੋਕਣ ਤੇ ਪਿੰਡ ਵਾਸੀਆਂ ਤੇ ਮਾਈਨਿੰਗ ਮਾਫੀਆ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਇੱਕ ਪਿੰਡ ਵਾਸੀ ਜ਼ਖਮੀ ਵੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਦਾ ਆਰੋਪ ਹੈ ਕਿ ਪੁਲਿਸ ਨੂੰ ਫੋਨ ਕਰਨ ਦੇ ਬਾਅਦ ਵੀ 3 ਘੰਟੇ ਤੱਕ ਪੁਲਿਸ ਉੱਥੇ ਨਹੀਂ ਆਈ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਖੁਦਾਈ ਕਰਨ ਵਾਲੀ ਮਸ਼ੀਨ ਵੀ ਸੌਂਪ ਦਿੱਤੀ ਗਈ ਸੀ, ਪਰ ਜਿਸ ਦੇ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਥੇ ਨਜਾਇਜ਼ ਮਾਈਨਿੰਗ ਚੱਲ ਰਹੀ ਸੀ, ਪਿੰਡ ਵਾਲੇ ਰੁਕਣ ਵਾਸਤੇ ਆਏ ਅਤੇ ਉਹ ਰੁਕੇ ਨਹੀਂ ਹੈ, ਅਤੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨਹੀਂ ਆਈ। 2 ਘੰਟੇ ਬਾਅਦ ਪੁਲਿਸ ਆਈ ਹੈ ਅਤੇ ਉਹ ਤੋਂ ਬਾਅਦ ਉਹਨਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਜੀ, ਅਤੇ ਮੈਨੂੰ ਜ਼ਖਮੀ ਕਰ ਦਿੱਤਾ। ਮੈਂ ਹੋਸਪਿਟਲ ਤੋਂ ਅੱਜ ਹੀ ਆਇਆ,
ਪੁਲਿਸ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰੀ। ਇਸ ਮਾਮਲੇ ਤੇ ਐਡਵੋਕੇਟ ਦਿਨੇਸ਼ ਚੱਡਾ ਨੇ ਕਿਹਾ ਕਿ ਰੋਪੜ ਜ਼ਿਲ੍ਹੇ 'ਚ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਨਾਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ, ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜੋ ਜਾਣਕਾਰੀ ਆਰਟੀਆਈ ਤਹਿਤ ਮਿਲੀ ਹੈ ਉਹਦੇ 'ਚ ਇਹ ਚੀਜ਼ ਸਪਸ਼ਟ ਹੋ ਗਈ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਗੁੰਡਾ ਟੈਕਸ ਸਿਆਸੀ ਮਾਫੀਆ ਇਸ ਕਦਰ ਭਾਰੂ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦਾ ਵੀ ਮਜ਼ਾਕ ਉਡਾ ਦਿੱਤਾ ਗਿਆ ਇਸ ਮਾਫੀਏ ਦੇ ਅੱਗੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜੀ ਕਿ ਸਰਵਉੱਚ ਬਾਡੀ ਹੈ ਵਾਤਾਵਰਣ ਦੇ ਮਾਮਲੇ 'ਚ, ਉਹਦੇ ਹੁਕਮਾਂ ਜੋ ਜਨਵਰੀ 2019 ਦੇ ਵਿੱਚ ਹੋਏ ਸੀਗੇ ਕਿ ਨਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਿਆ ਜਾਵੇ, ਜ਼ਿੰਮੇਵਾਰ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਇੱਕ ਸਰਵੇ ਕੀਤਾ ਜਾਵੇ ਕਿ ਨੁਕਸਾਨ ਹੋਇਆ ਇਕੋਲੋਜੀ ਦਾ ਨਜਾਇਜ਼ ਮਾਈਨਿੰਗ ਨਾਲ, ਉਸ ਨੁਕਸਾਨ ਦੀ ਪੂਰਤੀ ਕਿਵੇਂ ਕਰਨੀ ਹੈ, ਇਹ ਰਿਪੋਰਟ ਤਿਆਰ ਕੀਤੀ ਜਾਵੇ ਕਿ ਜਿਹੜੇ ਵੀ ਵਹੀਕਲ ਫੜੇ ਜਾਂਦੇ ਆ ਨਜਾਇਜ਼ ਮਾਈਨਿੰਗ ਦੇ ਵਿੱਚ ਉਹਨਾਂ ਨੂੰ ਉਦੋਂ ਤੱਕ ਰਿਲੀਜ਼ ਨਾ ਕੀਤਾ ਜਾਵੇ ਜਦੋਂ ਤੱਕ ਉਹਨਾਂ ਦੀ ਸ਼ੋਰੂਮ ਪ੍ਰਾਈਜ਼ ਦਾ 50% 50% ਰਿਕਵਰ ਨਾ ਕਰ ਲਿਆ ਜਾਵੇ। ਜਦੋਂ ਅਸੀਂ ਆਰਟੀਆਈ ਰਾਹੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਹੁਕਮਾਂ 'ਤੇ ਅੱਜ 9 ਮਹੀਨੇ ਤੱਕ ਕਾਰਵਾਈ ਕੀ ਹੋਈ ਹੈ, ਤਾਂ ਸਪਸ਼ਟ ਤੌਰ 'ਤੇ ਪਤਾ ਲੱਗਿਆ ਕਿ ਇਹਨਾਂ ਹੁਕਮਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਜਿਹੜਾ ਉਹ ਕੱਢ ਦਿੱਤਾ ਗਿਆ। ਰੋਪੜ ਤੋਂ ਮਨਜੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਬੱਚੇ ਦੇ ਇਲਾਜ 'ਚ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਸਿਹਤ ਵਿਭਾਗ ਨੇ ਇੱਕ ਮਹਿਲਾ ਡਾਕਟਰ ਨੂੰ ਸਸਪੈਂਡ ਕਰ ਦਿੱਤਾ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਿਹਤ ਵਿਭਾਗ ਨੂੰ ਕੀਤੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਡਾਕਟਰ ਦੀ ਅਣਗਹਿਲੀ ਕਾਰਨ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਡੇਰਾਬੱਸੀ 'ਚ ਡਾਕਟਰ ਦੀ ਲਾਪਰਵਾਹੀ ਕਾਰਨ ਹੋਈ ਬੱਚੇ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਉਸ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸ ਦਈਏ ਕਿ ਅਗਸਤ ਮਹੀਨੇ 'ਚ 5 ਸਾਲਾ ਸ਼ਿਵਮ ਨਾਮ ਦੇ ਬੱਚੇ ਨੂੰ ਸਰਕਾਰੀ ਹਸਪਤਾਲ 'ਚ ਉਸ ਦੇ ਮਾਪਿਆਂ ਵੱਲੋਂ ਦਾਖਲ ਕਰਵਾਇਆ ਗਿਆ ਸੀ, ਜਿਸ ਦੇ ਬਾਅਦ ਮਾਪਿਆਂ ਨੇ ਆਰੋਪ ਲਗਾਇਆ ਸੀ ਕਿ ਡਾਕਟਰ ਨੇ ਉਹਨਾਂ ਦੇ ਬੱਚੇ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ। ਉਹਨਾਂ ਇਹ ਵੀ ਆਰੋਪ ਲਗਾਇਆ ਕਿ ਡਾਕਟਰ ਉਹਨਾਂ ਦੇ ਬੱਚੇ ਨੂੰ ਚੈੱਕ ਕਰਨ ਲਈ ਆਪਣੇ ਕਮਰੇ ਤੋਂ ਬਾਹਰ ਵੀ ਨਹੀਂ ਨਿਕਲਿਆ, ਜਿਸ ਦੇ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ। ਸਿਹਤ ਵਿਭਾਗ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਜਾਂਚ ਕੀਤੀ ਗਈ, ਜਿਸ 'ਚ ਸਾਫ਼ ਹੋ ਗਿਆ ਕਿ ਡਾਕਟਰ ਬੱਚੇ ਨੂੰ ਦੇਖਣ ਲਈ ਆਪਣੇ ਕੈਬਿਨ ਤੋਂ ਬਾਹਰ ਨਹੀਂ ਆਇਆ, ਜਿਸ ਦੇ ਬਾਅਦ ਸਿਹਤ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਮਹਿਲਾ ਡਾਕਟਰ ਹਰਲੀਨ ਕੌਰ ਨੂੰ ਸਸਪੈਂਡ ਕਰ ਦਿੱਤਾ। ਅੱਛਾ, ਉਹਨਾਂ ਦੇ ਆਰਡਰਸ ਆ ਗਏ ਆ ਪੰਜਾਬ ਸਰਕਾਰ ਦੇ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ। ਸ਼ੀ ਵਾਜ਼ ਵਰਕਿੰਗ, ਉਹ MO ਢਕੌਲੀ ਕੰਮ ਕਰਦੇ ਸੀਗੇ ਡਾਕਟਰ ਸਾਹਿਬ, ਅਤੇ ਸਾਡੇ ਸਿਵਲ ਸਰਜਨ ਸਰ ਦੇ ਵੀ ਆਰਡਰਸ ਆ ਗਏ ਹੈ ਅਤੇ ਕੱਲ੍ਹ ਉਹਨਾਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਅਤੇ ਹੁਣ ਉਹ ਡਿਊਟੀ ਕਰਨਗੇ ਕਿਧਰੇ? ਨਹੀਂ, ਸਸਪੈਂਸ਼ਨ ਪੀਰੀਅਡ 'ਚ ਉਹਨਾਂ ਦੇ ਆਰਡਰਸ ਮੁਤਾਬਿਕ ਉਹਨਾਂ ਨੇ ਸਾਡੇ ਹੈੱਡ ਆਫਿਸ DHS 'ਚ ਰਿਪੋਰਟ ਕਰਨਾ, ਔਰ ਜੋ ਉਹਦੇ ਨਿਯਮ ਲਾਗੂ ਹੁੰਦੇ ਆ ਸਸਪੈਂਸ਼ਨ ਪੀਰੀਅਡ 'ਚ ਉਹ ਚੱਲਣਗੇ। ਡੇਰਾਬੱਸੀ ਤੋਂ ਮੇਜਰ ਅਲੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਜਾਣ ਵਾਲੀ ਸੰਗਤ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਬਣਾਏ ਗਏ ਨੇ, ਤਾਂ ਜੋ ਕਿਸੇ ਸ਼ਰਧਾਲੂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਹੈਲਪ ਡੈਸਕਾਂ ਤੋਂ ਸ਼ਰਧਾਲੂ ਹਰ ਕਿਸਮ ਦੀ ਜਾਣਕਾਰੀ ਹਾਸਲ ਕਰ ਸਕਣਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਹਰ ਸ਼ਹਿਰ ਦੇ ਬੱਸ ਸਟੈਂਡਾਂ ਤੇ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀਆਂ ਸੰਗਤਾਂ ਲਈ ਹੈਲਪ ਡੈਸਕ ਖੋਲ੍ਹੇ ਗਏ ਨੇ, ਜਿੱਥੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਜਾਣ ਲਈ ਰਸਤੇ ਅਤੇ ਬੱਸਾਂ ਦੇ ਟਾਈਮ ਟੇਬਲ ਅਤੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਹ ਹੈਲਪ ਡੈਸਕ ਸੰਗਤਾਂ ਦੀ ਸਹੂਲਤ ਲਈ ਬਣਾਏ ਗਏ ਨੇ, ਤਾਂ ਜੋ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਕਰਤਾਰਪੁਰ ਤੋਂ ਰਾਕੇਸ਼ ਭਾਰਤੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੇ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਤਾਜ਼ਾ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।